ਹੈਲੋ ਫਰੈਂਡਸ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਦੇ ਹਾਂ ਇੱਕ ਬੜੀ ਵਧੀਆ ਸਟ੍ਰੀਮ ਹੈਗੀ ਨੋਵਾ ਸਕੋਸ਼ੀਆ ਦੀ ਕ੍ਰਿਟੀਕਲ ਕੰਸਟਰਕਸ਼ਨ ਵਰਕਰ ਪਾਇਲਟ ਪ੍ਰੋਗਰਾਮ ਰਾਈਟ ਸੋ ਮੇਰਾ ਨਾਮ ਹੈ ਦਿਲ ਸੰਧੂ ਤੇ ਮੈਂ CICC ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਟ ਬੇਸਡ ਆਊਟ ਆਫ ਅੰਟਾਰੀਓ ਕੈਨੇਡਾ ਮੈਂ ਕਾਫੀ ਵੀਡੀਓਜ਼ ਨੋਵਾ ਸਕੋਸ਼ੀਆ ਤੇ ਵੀ ਬਣਾਈਆਂ ਤੇ ਹੋਰ ਵੀ ਸਟ੍ਰੀਮਸ ਤੇ ਬਣਾਈਆਂ ਤੁਸੀਂ ਮੇਰਾ ਚੈਨਲ ਚੈੱਕ ਕਰ ਸਕਦੇ ਹੋ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਜਰੂਰ ਲਾਈਕ ਕਰਿਆ ਜੇ ਸਬਸਕ੍ਰਾਈਬ ਕਰਿਆ ਜੇ ਚੈਨਲ ਨੂੰ ਤੇ ਈਵਨ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ ਸੋ ਵਿਦਆਊਟ ਐਨੀ ਫਰਦਰ ਡੂ ਲੈਟਸ ਗੋ ਰਾਈਟ ਰਾਈਟ ਇਨਟੂ ਇਟ ਸੋ ਮੈਂ ਹੁਣ ਉਹ ਤੁਹਾਨੂੰ ਅਫੀਸ਼ੀਅਲ ਵੈਬਸਾਈਟ ਤੇ ਲੈ ਗਿਆ ਸੋ ਇਹ ਹੈਗਾ ਕ੍ਰਿਟੀਕਲ ਕੰਸਟਰਕਸ਼ਨ ਵਰਕਰ ਪਾਇਲਟ ਸੋ ਐਲੀਜੀਬਿਲਟੀ ਪਹਿਲਾਂ ਤਾਂ ਆਪਾਂ ਧਿਆਨ ਦੇਈਏ ਸੋ ਐਲੀਜੀਬਿਲਟੀ ਕੀ ਹੈ ਯੂ ਨੀਡ ਟੂ ਹੈਵ ਅ ਫੁੱਲ ਟਾਈਮ ਪਰਮਨੈਂਟ ਜੌਬ ਆਫਰ ਫਰਮ ਅ ਨੋਵਾ ਸਕੋਸ਼ਾ ਏਮਪਲੋਇਰ ਇਨ ਵਨ ਆਫ ਥੀਸ ਨੌਕ ਕੋਰਸ ਸੋ ਇਹਦੇ ਵਿੱਚ ਉਹਨਾਂ ਨੇ 21 ਨੌਕ ਦਿੱਤੇ ਆ ਓਕੂਪੇਸ਼ਨ ਦਿੱਤੇ ਆ ਸੋ ਉਹਨਾਂ ਦੇ ਵਿੱਚ ਤੁਹਾਡੇ ਕੋਲ ਫੁੱਲ ਟਾਈਮ ਪਰਮਨੈਂਟ ਜੌਬ ਆਫਰ ਹੋਣੀ ਚਾਹੀਦੀ ਹੈ ਫਰਮ ਅ ਨੋਵਾ ਸਕੋਸ਼ਾ ਏਮਪਲੋਇਰ ਇਨ ਨੋਵਾ ਸਕੋਸ਼ਾ ਸੋ ਇੱਕ ਚੀਜ਼ ਇੰਟਰਸਟਿੰਗ ਇਹ ਹੈ ਕਿ ਫੁੱਲ ਟਾਈਮ ਪਰਮਨੈਂਟ ਜੌਬ ਆਫਰ ਦਾ ਕੀ ਮਤਲਬ ਹੁੰਦਾ ਹੈ ਫੁੱਲ ਟਾਈਮ ਮੀਨਸ ਹੁੰਦਾ ਹੈ ਕਿ ਮਿਨਿਮਮ 30 ਆਵਰਸ ਪਰ ਵੀਕ ਹੋਣੇ ਚਾਹੀਦੇ ਆ ਇਸ ਤੋਂ ਜ਼ਿਆਦਾ ਹੋਣ ਕੋਈ ਪ੍ਰੋਬਲਮ ਨਹੀਂ ਪਰਮਨੈਂਟ ਮਤਲਬ ਹੁੰਦਾ ਹੈ ਕਿ ਕੋਈ ਐਂਡ ਡੇਟ ਨਹੀਂ ਹੋਣੀ ਚਾਹੀਦੀ ਜੌਬ ਦੀ ਜਿਹਨੂੰ ਕਹਿੰਦੇ ਇਨਡਿਟਰਮਿਨੈਂਟ ਜੌਬ ਆਫਰ ਕੋਈ ਕੰਟਰੈਕਟ ਨਹੀਂ ਹੋਣਾ ਚਾਹੀਦਾ ਕਿ ਸਾਲ ਲਈ ਉਸ ਤੋਂ ਬਾਅਦ ਕਿ ਯੂ ਨੀਡ ਟੂ ਹੈਵ 1 ਇਅਰ ਆਫ ਵਰਕ ਐਕਸਪੀਰੀਅੰਸ ਰਿਲੇਟਿਡ ਟੂ ਦ ਜੌਬ ਤੁਹਾਡੇ ਕੋਲੇ ਹਾਈ ਸਕੂਲ ਡਿਪਲੋਮਾ ਹੋ ਸਕਦਾ ਜਾਂ ਫਿਰ ਅਗਰ ਤੁਹਾਡੇ ਕੋਲ ਹਾਈ ਸਕੂਲ ਡਿਪਲ ਤਾਂ ਤੁਸੀਂ ਪ੍ਰੂਫ ਕਰ ਦਿਓ ਕਿ ਤੁਹਾਡੇ ਕੋਈ ਤੁਸੀਂ ਕੋਈ ਕੰਸਟਰਕਸ਼ਨ ਰਿਲੇਟਡ ਸਪੈਸਿਫਿਕ ਇੰਡਸਟਰੀ ਟ੍ਰੇਨਿੰਗ ਕੀਤੀ ਹੈ ਤਾਂ ਵੀ ਤੁਸੀਂ ਐਲੀਜੀਬਲ ਹੋ ਜਾਣਾ ਹੈ ਏਜ ਜਿਹੜੀ ਹੈਗੀ ਹੈ ਬਿਟਵੀਨ 21 ਟੂ 55 ইয়ার্স ਆਫ ਏਜ ਹੋਣੀ ਚਾਹੀਦੀ ਆ ਐਂਡ ਅਗਰ ਤਾਂ ਤੁਹਾਡਾ ਜਿਹੜਾ ਓਕਿਊਪੇਸ਼ਨ ਉਹ 0 ਤੇ 3 ਦੇ ਵਿੱਚ ਹੈਗਾ 0 1 2 3 ਟਾਇਰ ਹੈਗਾ ਤਾਂ ਤੁਹਾਨੂੰ CLB 5 ਚਾਹੀਦੀ ਆ ਐਂਡ ਇਫ ਇਟ ਇਜ਼ ਸੀ ਟਾਇਰ 4 ਐਂਡ ਟਾਇਰ 5 ਹੈ ਓਗਜ਼ਾਮਪਲ ਜਿਵੇਂ ਆਪਾਂ ਗੱਲ ਕਰੀਏ ਮਟੀਰੀਅਲ ਹੈਂਡਲਰ ਹੋ ਗਏ ਕੰਸਟਰਕਸ਼ਨ ਟ੍ਰੇਡ ਹੈਲਪਰਸ ਹੋ ਗਏ ਸੋ ਅਦਰ ਟ੍ਰੇਡ ਹੈਲਪਰਸ ਐਂਡ ਲੇਬਰਰਸ ਸੋ ਤੁਹਾਨੂੰ ਸਿਰਫ ਸੀਐਲਬੀ 4 ਚਾਹੀਦੀ ਹੈ ਰਾਈਟ ਇਨ ਆਈਦਰ ਇੰਗਲਿਸ਼ অর ਫ੍ਰੈਂਚ ਤੇ ਨਾਲ ਤੁਹਾਡੇ ਕੋਲੇ ਫੰਡਸ ਸੀ ਸ਼ੋ ਕਰਨੇ ਹੁਣ ਇਹਦੇ ਰਿਲੇਟਡ ਅਗਰ ਥੋੜੀ ਜੀ ਮੈਂ ਡਿਟੇਲ ਚ ਜਾਵਾਂ ਸੋ ਲੈਟ ਮੀ ਸ਼ੋ ਯੂ ਦਾ ਐਪਲੀਕੇਸ਼ਨ ਗਾਈਡਸ ਵਲ ਉਹਦੇ ਚ ਕਾਫੀ ਮੈਂ ਪੁਆਇੰਟਸ ਹਾਈਲਾਈਟ ਕਰੂੰਗਾ ਸੋ ਦੈਟ ਮਾਈਟ ਬੀ ਆਫ ਅ ਇੰਡਸਟਰੀ ਸੋ ਜਿਵੇਂ ਕਿ ਹੈ ਕਿ ਆਹ ਹੈ ਐਪਲੀਕੇਸ਼ਨ ਗਾਈਡ ਇਹਦੇ ਵਿੱਚ ਸਾਰੀ ਉਹਨਾਂ ਡਿਟੇਲ ਦਿੱਤੀ ਹੈ ਕਿ ਨੋਵਾਸ ਕਾਸਕਾ ਦੀ ਇਹ ਜਿਹੜੀ ਸਟ੍ਰੀਮ ਹੈ ਕ੍ਰਿਟੀਕਲ ਕੰਸਟਰਕਸ਼ਨ ਵਰਕਰ ਪਾਇਲਟ ਸਟ੍ਰੀਮ ਹੈ ਇਹਦੇ ਚ ਕਿਹੜੀ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਸੋ ਲੈਟ ਮੀ ਜਸਟ ਗੋ ਐਂਡ ਲੁੱਕ ਐਟ ਸਮ ਆਫ ਦ ਥਿੰਗਸ ਸੋ ਪਹਿਲੀ ਚੀਜ਼ ਹੈ ਯੂ ਮਸਟ ਹੈਵ ਅ ਫੁੱਲ ਟਾਈਮ ਪਰਮਨੈਂਟ ਜੌਬ ਆਫਰ ਫਰਮ ਨੋਵਾਸ ਕਾਸਕਾ ਏਮਪਲੋయర్ ਸੋ ਇਹ ਦਾ ਨੰਬਰ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਇਹ ਰਾਈਟ ਦੂਜੀ ਗੱਲ ਹੈਗੀ ਹੈ ਉਹਨਾਂ ਜਿਹੜੀ ਆਪਾਂ एलिਜੀਬਿਲਟੀ ਦੱਸੀ ਹੋਈ ਸੀਗੀ ਉਹ ਆਪਾਂ ਉਹ ਸਾਰੀਆਂ ਉਹ ਸੇਮ ਹੈ ਉਹਦੀ ਬਾਰੇ ਗੱਲ ਕਰ ਰਹੇ ਹੈਗੇ ਆ ਸੋ ਜਿਹੜੀ ਚੀਜ਼ਾਂ ਨਹੀਂ ਐਕਸੈਪਟੇਬਲ ਹੈਗੀਆਂ ਕੀ ਤੁਸੀਂ ਸੈਲਫ এমਪਲoyed ਨਹੀਂ ਹੋਣਾ ਚਾਹੀਦਾ ਜਾਂ ਤੁਹਾਡਾ ਜਿਹੜਾ ਆਬਜੈਕਟਿਵ ਹੈਗਾ ਉਹ ਇਹ ਨਹੀਂ ਹੋਣਾ ਚਾਹੀਦਾ ਕਿ ਟੂ ਸਟਾਰਟ ਅ ਬਿਜ਼ਨਸ ਆਰ ਬਿਕਮ ਸੈਲਫ ਐਪਲੋਇਡ ਇਹਦੇ ਚ ਹੋਰ ਵੀ ਡਿਟੇਲਸ ਦਿੱਖੀਆਂ ਕਿ ਵੀ ਤੁਸੀਂ ਕਦੋਂ ਨਹੀਂ ਅਪਲਾਈ ਕਰ ਸਕਦੇ ਸੋ ਉਹਦੀ ਵੀ ਆਪਸ਼ਨਸ ਹੈਗੀਆਂ ਕੋਈ ਪਹਿਲਾਂ ਤੁਸੀਂ ਮਿਸ ਰਿਪਰੈਜ਼ੈਂਟੇਸ਼ਨ ਕੀਤੀ ਜਾਂ ਜਿੱਥੇ ਤੁਸੀਂ ਅਗਰ ਤੁਸੀਂ ਬਾਹਰੋਂ ਅਪਲਾਈ ਕਰ ਰਹੇ ਹੋ so uh, you were not legally living there so there are many other uh, reasons why you should not be uh, applying for this particular stream so agar aap aa ide uh, steps dekh liye so key step so pehli gal hai ki eh pnp through non express entry hai so sab to pehla ki hai ki tusi nova scotia de jadi provincial level te apply karna je utthe tohanu nomination ho jange ta thanu no, oh email kar denge nomination certificate फेर ਤੁਹਾਡੇ ਕੋਲ ਨੋਮੀਨੇਸ਼ਨ ਸਰਟੀਫਿਕੇਟ ਜਿਹੜੀ ਐਕਸਪਾਇਰੀ ਡੇਟ ਹੁੰਦੀ ਹੈ ਉਹ ਆਲਮੋਸਟ 6 ਮਹੀਨੇ ਹੁੰਦੀ ਹੈ ਫ্রম ਦਾ ਡੇਟ ਆਫ ਨੋਮੀਨੇਸ਼ਨ ਉਹ 6 ਮਹੀਨੇ ਦੇ ਅੰਦਰ ਅੰਦਰ ਤੁਸੀਂ ਆਪਣੀ ਨੋਨ ਐਕਸਪ੍ਰੈਸ ਐਂਟਰੀ ਪੀਆਰ ਅਪਲੀਕੇਸ਼ਨ ਲਾਉਣੀ ਹੈ ਸੋ ਜਿਹੜੀ ਬੜੀ ਇੰਟਰਸਟਿੰਗ ਚੀਜ਼ ਹੈਗੀ ਹੈ ਕਿ देयर इज नो ਅਪਲੀਕੇਸ਼ਨ ਫੀ ਫਾਰ ਥਿਸ ਪਾਰਟਿਕਲ ਸਟਰੀਮ ਸੋ ਜਿਵੇਂ ਕਿ ਮੈਂ ਦੱਸਿਆ ਸੀ ਕਿ ਫੈਡਰਲ ਲੈਵਲ ਤੇ ਵਿਥਿਨ 6 ਮੰਥਸ ਆਫ ਰੀਸੀਵਿੰਗ ਯਰ ਨੋਮੀਨੇਸ਼ਨ ਸਰਟੀਫਿਕੇਟ ਤਾ ਤੁਸੀਂ ਅਪਲਾਈ ਕਰ ਦਿੰਦਾ ਆਈ ਥਿੰਕ ਲੈਟਸ ਫੋਕਸ ਔਨ ਸਮ ਆਫ ਦਾ ਅਦਰ ਇੰਪੋਰਟੈਂਟ ਸਟੱਫ ਜਿਵੇਂ ਮੈਂ ਇੱਕ ਬੜੀ ਇੰਟਰਸਟਿੰਗ ਚੀਜ਼ ਹੈਗੀ ਇਹਦੇ ਵਿੱਚ ਕੀ ਵੀ ਜਿਹੜੀਆਂ ਮੋਸਟ ਆਫ ਥੀਸ ਜੌਬਸ ਹੈਗੀਆਂ ਉਹਨਾਂ ਵਿੱਚ ਕੋਈ ਤੁਹਾਨੂੰ ਸਰਟੀਫਿਕੇਸ਼ਨ ਵੈਰਾ ਨਹੀਂ ਚਾਹੀਦੀ ਰਾਈਟ ਜਾਂ ਇਹ ਕਪਲਸਰੀ ਟ੍ਰੇਡ ਨਹੀਂ ਹੈ ਫਾਰ ਇਗਜ਼ੈਂਪਲ ਐਕਸੈਪਟ ਫਾਰ ਲਾਈਕ ਵੈਰੀ ਫਿਊ ਜਿਵੇਂ ਮੈਂ ਕਹਿ ਸਕਦਾ ਇਲੈਕਟ੍ਰੀਸ਼ੀਅਨ ਡੈਫੀਨਿਟਲੀ ਯੂ ਨੀਡ ਟੂ ਹੈਵ ਅ ਪ੍ਰਾਇਰ ਲਾਈਸੈਂਸਿੰਗ ਹੋਣੀ ਚਾਹੀਦੀ ਹੈ ਜਾਂ ਫਾਰ ਫਾਰ ਇਗਜ਼ੈਂਪਲ ਐਚ ਵੈਕ ਰੋਵੇ ਹੀਟਿੰਗ ਰੈਫਰਿਜਰੇਸ਼ਨ ਤੇ 에어 ਕੰਡੀਸ਼ਨਰ ਜਿਹੜੇ ਮੈਕੈਨਿਕਸ ਹੈ ਉਹਨਾਂ ਨੂੰ ਡੈਫੀਨਿਟਲੀ ਉਹ ਕਪਲਸਰੀ ਟ੍ਰੇਡ ਹੈ ਪਰ ਜਿਹੜੇ ਮੋਸਟ ਆਫ ਦਾ ਜਿਹੜੇ ਇਹਨਾਂ ਨੇ ਆਪਸ਼ਨ ਦਿੱਤੀਆਂ ਉਹਦੇ ਵਿੱਚ ਕੋਈ ਲਾਇਸੈਂਸ ਸਰਟੀਫਿਕੇਸ਼ਨ ਨਹੀਂ ਚਾਹੀਦੀ ਤੇ ਜੇ ਚਾਹੀਦੀ ਹੈ ਤਾਂ ਤੁਹਾਡੇ ਕੋਲ ਉਹ ਚੀਜ਼ ਹੋਣੀ ਚਾਹੀਦੀ ਬਿਫੋਰ ਥਿਸ ਕੁਡ ਬੀ ਕਨਸਿਡਰਡ ਰਾਈਟ ਉਸ ਤੋਂ ਬਾਅਦ ਜਿਹੜੀ ਡਾਕੂਮੈਂਟਸ ਰਿਲੇਟਡ ਟੂ ਜੌਬ ਆਫਰ ਸੋ ਇੱਕ ਚੀਜ਼ ਇੰਪੋਰਟੈਂਟ ਹੈ ਕਿ ਜਿਹੜਾ ਤੁਹਾਡਾ EMPLOYER ਹੈਗਾ ਉਹਨੇ ਜਿਹੜਾ ਫਾਰਮ ਭਰਨਾ ਉਹਦਾ ਨਾਮ ਹੈ NSNP 200 ਰਾਈਟ ਸੋ ਥਿਸ ਹਾਸ ਟੂ ਬੀ ਫਿਲਡ ਬਾਈ ਯੋਰ EMPLOYER ਆਰ ਗਿਵਨ ਬਾਈ EMPLOYER ਤੇ ਉਹਦੇ ਨਾਲ ਜਿਹੜੇ ਸਪੋਰਟਿੰਗ ਡਾਕੂਮੈਂਟਸ ਹੈਗੇ ਸੋ ਇਹ ਉਹਨੇ EMPLOYER ਨੇ ਸਾਈਨ ਕਰਨਾ ਤੇ ਅਨਦਰ ਇੰਪੋਰਟੈਂਟ ਥ ਇਹ ਨਹੀਂ ਕਿ ਤੁਹਾਨੂੰ ਕੋਈ ਵੀ ਜਿਹੜਾ ਪੁਰਾਣਾ ਤੁਸੀਂ 1 ਸਾਲ ਦਾ ਵਰਕ ਐਕਸਪੀਰੀਅੰਸ ਸ਼ੋ ਕਰਨਾ ਹੈ ਵਿਥਿਨ ਲਾਸਟ 5 ইয়ার্স ਉਹ ਇੰਟਰਸਟਿੰਗ ਚੀਜ਼ ਹੈ ਕਿ ਵਿਥਿਨ ਲਾਸਟ 5 ইয়ার্স ਜਿਹੜੀ ਵੀ ਤੁਹਾਡਾ ਲੈਟਰ ਆਫ ਰੈਫਰੈਂਸ ਹੈ ਉਹ ኦਫੀਸ਼ੀਅਲ ਲੈਟਰ ਹੈਡ ਤੇ ਹੋਣਾ ਚਾਹੀਦਾ ਹੈ ਤੁਹਾਡੇ ਜਾਂ ਰਿਸਪਾਂਸਿਬਲ ਪਰਸਨ ਜਾਂ অথরাইਜ਼ਡ ਸਿਗਨੇਟਰੀ ਹੋਣਾ ਚਾਹੀਦਾ ਹੈ ਤੇ ਤੁਸੀਂ ਕਿਹੜਾ জব ਟਾਈਟਲ ਸੀ ਉਹ ਮੈਂਸ਼ਨ ਹੋਣਾ ਚਾਹੀਦਾ ਹੈ ਤੁਹਾਡੇ ਜੋਬ ਡਿਊਟੀਆਂ ਕੀ ਸੀਆਂ ਉਹ ਮੈਂਸ਼ਨ ਹੋਣੇ ਚਾਹੀਦੀਆਂ ਸੈਲਰੀ ਕੀ ਸੀ ਨੰਬਰ ਆਫ ਆਰਸ ਤੁਸੀਂ ਪਰ ਵੀ ਕਿੰਨੇ ਕੰਮ ਕੀਤੇ ਕਿਉਂਕਿ ਉਸ ਬੇਸ ਤੇ ਉਹ ਡਿਸਾਈਡ ਕਰਨਗੇ ਕਿ something is full time or part time for example koi company kehndi mai full time 25 ghante denni hai that is not acceptable from an immigration perspective right so that is important for you to understand right so jadime ki mai education te training di gal kiti si ki the tonu zyada high school diploma chahida ya you prove that you have completed a construction specific industry training program to tier jada 0 1 2 3 li english requirements 5 hai te for tier 4 hai ਟਾਇਰ 4 ਆ 5 ਹੈ ਤਾਂ ਉਹਦੇ ਲਈ ਜਿਹੜੀ ਇੰਗਲਿਸ਼ ਰਿਕੁਆਇਰਮੈਂਟਸ ਜਿਹੜੀਆਂ ਹੈਗੀਆਂ ਉਹ ਹੈਗੇ CLB ਲੈਵਲ 4 ਹੁਣ CLB 5 ਦਾ ਮਤਲਬ ਕੀ ਹੈ CLB 5 ਦਾ ਮਤਲਬ ਹੈਗਾ ਕਿ 5 ਲਿਸਨਿੰਗ ਚ ਹੋਣੀ ਚਾਹੀਦੀ ਹੈ 4 ਰੀਡਿੰਗ ਚ ਤੇ ਰਾਈਟਿੰਗ ਤੇ ਸਪੀਕਿੰਗ ਚ ਵੀ 5 ਚਾਹੀਦੇ ਹੈ ਬਟ ਅਗਰ ਤੁਸੀਂ ਟਾਇਰ 4 ਜਾਂ 5 ਚ ਤੁਹਾਨੂੰ ਜੌਬ ਆਫਰ ਮਿਲੀ ਹੈ ਤਾਂ ਉਹਦੀ ਜਿਹੜੀ ਰਿਕੁਆਇਰਮੈਂਟਸ ਹੈਗੀਆਂ ਉਹ ਇਹ ਹੈਗੀਆਂ ਆਇਲਸ ਦੀਆਂ ਜਿਹੜੀਆਂ ਹੈਗੀਆਂ 4.5 ਲਿਸਨਿੰਗ ਚ ਹੋਣੀ ਚਾਹੀਦੀ ਹੈ ਰੀਡਿੰਗ 3.5 ਰਾਈਟਿੰਗ 4 ਤੇ ਸਪੀਕਿੰਗ ਦੇ ਵਿੱਚ 4 ਰਾਈਟ right? सो इसके अलावा एक बड़ी इंटरेस्टिंग चीज सी शुड बी फ्रॉम द डेट ऑफ़ एटलीयराम कि पासपोर्ट और छह महीने या साल बाद एक्सपायर दूजी गल है टू रिलेटेड टू योर फाइनेशियल सो बैंक स्टेटमेंट चाहिए थ्री मंथ सो दैट शुड बी इनफ टू कवर द Uh, immigration costs travel expenses and costs related to uh, settling in nova scotia right so jaddi ircc the requirements of same applicable ho, ho, ho jandiyan ehde case de vich is to allow unan eh vi kehya ki agar de tusi requirement nahi meet karde hege oh case to case basis visa officer might you know still allow you agar tade kole koi arranged job offer hai ki ya jehdi todi job offer the income hai ki yahan, oh jehda uh, likeo ਤੋ ਉੱਪਰ ਹੋਣੀ ਚਾਹੀਦੀ ਹੈਗੀ ਅਗਰ ਫੋਰ ਐਗਜ਼ਾਮਪਲ ਤੁਸੀਂ ਹਸਬੰਡ ਵਾਈਫ ਕਰ ਰਹੇ ਹੋ ਤੁਹਾਡੀ ਫੈਮਿਲੀ ਇਨਕਮ ਉਸ ਤੋਂ ਉੱਪਰ ਹੋਣੀ ਚਾਹੀਦੀ ਹੈ ਫਾਰ ਟੂ ਪੀਪਲ ਸੋ ਉਹ ਸਾਰੀ ਕੈਲਕੂਲੇਟ ਕਰਨਗੇ ਬੇਸਡ ਔਨ ਦਾ ਇਨਕਮ ਯੂ ਆਰਨਡ ਫਰਮ ਯੋਰ ਜੌਬ ਆਫਰ ਸੋ ਉਹ ਉਸ ਬੇਸ ਤੇ ਹੋ ਕਾਊਂਟ ਕਰ ਲੈਣਗੇ ਸੋ ਅਪਲੀਕੇਸ਼ਨ ਪ੍ਰੋਸੈਸ ਕੀਤਾ ਸੋ ਯੂ ਗੋ ਟੂ ਨੋਵਾ ਸਕੋਸ਼ੀਆ ਉੱਥੇ ਪਹਿਲਾਂ ਆਪ ਦਾ ਫਾਰਮ ਭਰ ਦੇਣਾ ਤੇ ਨਾਲ ਤੁਹਾਨੂੰ ਦੱਸਣਾ ਪੈਣਾ ਹੈ ਕਿ ਵੀ ਤੁਸੀਂ ਕਿਉਂ ਨੋਵਾ ਸਕੋਸ਼ੀਆ ਸੈਟਲ ਹੋਣਾ ਚਾਹੁੰਦੇ ਹੋ ਉਹਨਾਂ ਦੇ ਜਿਹੜੇ ਕੁਐਸਚਨਸ ਆ ਉਹ ਆਨਸਰ ਕਰਨੇ ਹੈਗੇ ਆ ਉਸ ਤੋਂ ਬਾਅਦ ਜੇ ਤੁਸੀਂ ਨੋਮੀਨੇਟ ਹੋ ਜਾਂ ਤੇ ਉਹ ਨੋਮੀਨੇਸ਼ਨ ਸਰਟੀਫਿਕੇਟ ਮਿਲ ਗਿਆ ਤੇ ਉਸ ਤੋਂ ਬਾਅਦ ਤੁਸੀਂ ਆਪਣੀ ਪੀਆਰ ਲੈ ਅਪਲਾਈ ਕਰ ਸਕਦੇ ਹੋ ਵਿਥਿਨ 6 ਮੰਥਸ ਰਾਈਟ ਤੇ ਜੇ ਤੁਹਾਨੂੰ ਅਗਰ ਤੁਹਾਡਾ ਵਰਕ ਪਰਮਿਟ ਖਤਮ ਹੋਣ ਵਾਲਾ ਹੈਗਾ ਲੈਸ ਤੁਸੀਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋ ਜਾਂ ਤੁਸੀਂ ਬਾਹਰੋਂ ਅਪਲਾਈ ਕਰ ਰਹੇ ਹੋ ਤਾਂ ਤੁਸੀਂ ਜਿਹੜਾ ਜੋ ਤੁਸੀਂ ਐਪਲੀਕੇਸ਼ਨ ਕਰਨੀ ਹੈ ਉਹਦੇ ਵਿੱਚ ਲੈਟਰ ਆਫ ਸਪੋਰਟ ਮਿਲ ਜਾਂਦੀ ਹੈ ਉਹ ਲੈਟਰ ਆਫ ਸਪੋਰਟ ਦੇ ਬੇਸ ਤੇ ਤੇ এমਪਲੋਇਰ ਕੰਪਲੈਂਸ ਫੀ ਭਰਨ ਦੇ ਬਾਅਦ ਤੁਸੀਂ ਆਪਣਾ ਜਿਹੜਾ ਹੈਗਾ ਵਰਕ ਪਰਮਿਟ ਲੀ ਅਪਲਾਈ ਕਰ ਸਕਦੇ ਹੋ ਜਾਂ ਐਕਸਟੈਂਸ਼ਨ ਕਰ ਸਕਦੇ ਹੋ ਸੋ ਦੋਨੋਂ ਚੀਜ਼ਾਂ ਪੋਸੀਬਲ ਹੈਗੀਆਂ ਰਾਈਟ ਸੋ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਕਿ ਜਿਹੜਾ এমਪਲੋਇਰ ਦੀਆਂ ਕੀ ਰਿਕੁਆਇਰਮੈਂਟਸ ਹਨ ਸੋ ਸਭ ਤੋਂ ਪਹਿਲੇ ਜਿਹੜੀ ਰਿਕੁਆਇਰਮੈਂਟ ਹੈ ਇਹ ਹੈਗੀ ਹੈ ਕਿ ਜਿਹੜਾ এমਪਲੋਇਰ ਹੈ ਉਹ ਘੱਟੋ ਘੱਟ 2 ਇਅਰਸ ਤੋਂ ਐਸਟੈਬਲਿਸ਼ਡ ਹੋਣਾ ਚਾਹੀਦਾ ਨੋਵਾ ਸਕੋਸ਼ਾ ਦੇ ਵਿੱਚ ਤੇ ਜੇ ਉਹ ਕਮਰਸ਼ੀਅਲ ਬਿਜ਼ਨਸ ਹੈ ਤਾਂ ਰਜਿਸਟਰਡ ਹੋਣਾ ਚਾਹੀਦਾ ਨੋਵਾ ਸਕੋਸ਼ਾ ਰਜਿਸਟਰੀ ਆਫ ਸਟਾਕ ਕੰਪਨੀਆਂਸ ਤੇ ਜੇ ਉਹ ਨਾਨ ਫੋਰ ਪ੍ਰੋਫਿਟ ਹੈ ਤਾਂ ਇਟ ਮਸਟ ਬੀ ਰਜਿਸਟਰਡ ਵਿਦ ਅ ਸੋਸਾਇਟੀਜ਼ ਐਕਟ ਇੱਕ ਚੀਜ਼ ਹੋਰ ਬੜੀ ਇੰਪੋਰਟੈਂਟ ਹੈ ਕਿ ਜਦੋਂ ਵੀ ਤੁਹਾਨੂੰ ਇਹ ਅ ਏਮਪਲੋਇਰ ਨੇ ਆਪਣਾ ਐਨਐਸਐਨਪੀ 200 ਫਾਰਮ ਭਰਿਆ ਤੇ ਏਮਪਲੋਇਰ ਨੂੰ ਏਮਪਲੋਇਰ ਜੈਸਟ੍ਰੀਸ਼ਨ ਸਰਟੀਫਿਕੇਟ ਵੀ ਤੁਹਾਡੀ ਜਿਹੜੀ ਐਪਲੀਕੇਸ਼ਨ ਦੇ ਨਾਲ ਲੱਗਣਾ ਉਹ ਵੀ ਨਾਲ ਚਾਹੀਦਾ ਹੋਗਾ ਕਿਉਂਕਿ ਕਈ ਲੋਕ ਇਸ ਨੂੰ ਮਿਸ ਕਰ ਜਾਂਦੇ ਆ ਰਾਈਟ ਲਾਸਟ ਬਟ ਨਾਟ ਦ ਲੀਸਟ ਕਿ ਜਿਹੜੀ ਜੌਬ ਆਫਰ ਹੈਗੀ ਹੈ ਕੁਆਲੀਫਾਈਂਗ ਜੌਬ ਆਫਰ ਉਹ ਪ੍ਰੋਵਿੰਸ਼ੀਅਲ ਵੇਜ ਲੈਵਲ ਨੂੰ ਮੀਟ ਕਰਦੇ ਜਾਂ ਕਰਦੀ ਹੋਣੀ ਚਾਹੀਦੀ ਹੈ ਐਂਡ ਆਈ ਊਡ ਸੇ ਕਿ ਇਫ ਯੂ ਆਰ ਰੀਅਲੀ ਇੰਟਰਸਟਿਡ ਟੂ ਨੋ ਮੋਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਮੇਰਾ ਨੰ एट फोर एट सैवटी टू हंड्रेड मैं काफ़ी सारी भीडियोज़ बनाई है यूट्यूब पे मेरा यूट्यूब हैंडल है, रियल दिल संधु सो होर भी चैक कर सद इंटरस्टिंग स्टाफ बुक करनी है अपॉइंटमेंट मेरी वैबसाइट पर जाकेटमेंट बुक कर सकते मेरी है है, www .com. I hope कि वीडियो हो मेरी वैबसाइट हैगी डबल्यू 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 डॉट दिल इमीग्रेस डॉट कॉम आई होप की लाइक की होगी तो ਪਲੀਜ਼ ਹੌਸਲਾ ਵਧਾਓ ਸੋ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਜ਼ਰੂਰ ਲਾਈਕ ਕਰਿਆ ਜੇ ਵੀਡੀਓ ਨੂੰ ਤੇ ਸ਼ੇਅਰ ਵਿਦ ਐਨੀਵਨ ਹੂ ਮਾਈਟ ਬੀ ਆਫ ਯੂ نو ਜਿਹਨਾਂ ਨੂੰ ਇਸ ਤੋਂ ਵੈਲਿਊ ਮਿਲ ਸਕਦੀ ਹੈ ਸੋ ਥੈਂਕ ਯੂ ਸੋ ਮੱਚ ਐਂਡ ਹੈਵ ਅ ਵੰਡਰਫੁਲ ਡੇ